ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸੋ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਵੱਲੋਂ ਏ ਅਨਮ ਦੀਆਂ ਪੋਸਟਾਂ ਦੀ ਭਰਤੀ ਸੰਬੰਧੀ ਜਾਰੀ ਕੀਤੇ ਗਏ ਅਫੀਸ਼ੀਅਲ ਪਬਲਿਕ ਨੋਟਿਸ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦਬਾ ਦਿਤਾ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਸੋ ਦੋਸਤੋ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਵੱਲੋਂ ਐਨਐਮ ਦੀਆਂ ਕੁੱਲ 5 ਪੋਸਟਾਂ ਲਈ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋ ਦੋਸਤੋ ਇਹ ਨਾਮਨ ਦੀਆਂ ਇਹਨਾਂ ਕੁੱਲ 5 ਪੋਸਟਾਂ ਵਿੱਚ ਜੇਕਰ ਕੈਟਾਗਰੀ ਵਾਈਜ਼ ਪੋਸਟਾਂ ਦੀ ਗੱਲ ਕੀਤੀ ਜਾਵੇ ਤਾਂ ਜਰਨਲ ਕੈਟਾਗਰੀ ਦੀਆਂ 2 ਐਸਸੀ ਦੀ 1 ਅਤੇ 2 ਪੋਸਟਾਂ ਓਬੀਸੀ ਕੈਟਾਗਰੀ ਅਧੀਨ ਭਰੀਆਂ ਜਾਣੀਆਂ ਹਨ ਸੋ ਦੋਸਤੋ ਇਹਨਾਂ ਪੋਸਟਾਂ ਲਈ ਜਿਹੜੇ ਵੀ ਕੈਂਡੀਡੇਟ 10ਵੀਂ ਤੋਂ ਬਾਅਦ ਏ ਨਮਨ ਦਾ ਡਿਪਲੋਮਾ ਜਾਂ ਵੋਕੇਸ਼ਨਲ ਕੋਰਸ ਇਨ ਏਨਮ ਕਰ ਚੁੱਕੇ ਹਨ ਅਤੇ ਏਨ ਮਰਜਿਸਟ੍ਰੇਸ਼ਨ ਸਰਟੀਫਿਕੇਟ ਹੈ ਉਹ ਕੈਂਡੀਡੇਟ ਇਨ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਸੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਸਿਲੈਕਟ ਹੋਣਗੇ ਉਹਨਾਂ ਕੈਂਡੀਡੇਟ ਨੂੰ 15245 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ ਭਾਵ ਕੇ ਸੈਲਰੀ ਦਿੱਤੀ ਜਾਵੇਗੀ ਸੋ ਦੋਸਤੋ ਜੇਕਰ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਕੈਂਡੀਡੇਟ ਇਹਨਾਂ ਪੋਸਟਾਂ ਲਈ 14 ਫਰਵਰੀ 2024 ਦੁਪਹਿਰ 1 ਵਜੇ ਤੋਂ ਪਹਿਲਾ ਪਹਿਲਾ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ 'ਤੇ ਅਪਲਾਈ ਕਰਨਗੇ ਉਹਨਾਂ ਕੈਂਡੀਡੇਟ ਦੀ ਸ਼ਾਰਟ ਲਿਸਟਡ ਲਿਸਟ 28 ਫਰਵਰੀ 2024 ਨੂੰ ਨੈਸ਼ਨਲ ਹੈਲਥ ਮਿਸ਼ਨ ਦੀ ਅਫੀਸ਼ੀਅਲ ਵੈਬਸਾਈਟ nhmchd.gov.in ਤੇ ਡਿਸਪਲੇ ਭਾਵਕੇ ਅਪਡੇਟ ਕੀਤੀ ਜਾਵੇਗੀ ਸੋ ਜਿਹੜੇ ਵੀ ਕੈਂਡੀਡੇਟ ਸ਼ਾਰਟ ਲਿਸਟ ਵਿੱਚ ਆਉਣਗੇ ਉਹਨਾਂ ਕੈਂਡੀਡੇਟ ਦਾ 15 ਮਾਰਚ 2024 ਨੂੰ ਲੈਕਤੀ ਪੇਪਰ ਲਿਆ ਜਾਵੇਗਾ ਸੋ ਇਹਨਾਂ ਪੋਸਟਾਂ ਦੇ ਜੇਕਰ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕੀਤੀ ਜਾਵੇ ਤਾਂ 90 ਮਾਰਕਸ ਦਾ ਪੇਪਰ ਹੋਵੇਗਾ ਅਤੇ 10 ਨੰਬਰ ਐਕਸਪੀਰੀਅੰਸ ਦੇ ਐਡ ਕੀਤੇ ਜਾਣਗੇ ਸੋ so, ਇਹਨਾਂ ਪੋਸਟਾਂ ਲਈ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਆਓ ਦੇਖ ਲੈਂਦੇ ਹਾਂ ਸੋ ਸਭ ਤੋਂ ਪਹਿਲਾਂ ਕੈਂਡੀਡੇਟ ਨੇ n r h m c h d .gov.in ਤੇ ਜਾ ਕੇ ਐਸ ਫਾਰਮ ਨੂੰ ਡਾਊਨਲੋਡ ਕਰ ਲੈਣਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਕੈਂਡੀਡੇਟ ਨੇ ਪੋਸਟ ਦਾ ਨੇਮ ਜਿਵੇਂ ਕਿ a n m ਉਸ ਤੋਂ ਬਾਅਦ ਕੈਂਡੀਡੇਟ ਆਪਣਾ ਵੱਡੇ ਅੱਖਰਾਂ ਵਿੱਚ ਨਾਮ ਲਿਖਣਗੇ ਉਸ ਤੋਂ ਬਾਅਦ ਫਾਦਰ ਨੇਮ ਡੇਟ ਆਫ ਬਰਥ ਕੈਂਡੀਡੇਟ ਜੈਂਡਰ ਜਿਵੇਂ ਕਿ ਮੇਲ ਫੀਮੇਲ ਜਾਂ ਥਰਡ ਜੈਂਡ 5 ਨੰਬਰ ਤੇ ਨੈਸ਼ਨੈਲਟੀ ਇੰਡੀਆ 6 ਨੰਬਰ ਤੇ ਕੈਂਡੀਡੇਟ ਸਿੰਗਲ ਹੈ ਜਾਂ ਮੈਰਿਡ 7 ਨੰਬਰ ਤੇ ਕੈਂਡੀਡੇਟ ਕਾਸ ਕੈਟਾਗਰੀ ਨਾਲ ਸੰਬੰਧਿਤ ਹੈ ਉਹ ਕੈਟਾਗਰੀ ਦਾ ਨੇਮ ਜਿਵੇਂ ਕਿ ਐਸਸੀ ਬੀਸੀ ਜਾਂ ਜਰਨਲ ਸੋ 8 ਨੰਬਰ ਤੇ ਕੈਂਡੀਡੇਟ ਆਪਣਾ ਫੁੱਲ ਐਡਰੈਸ ਦੇਣਗੇ ਜਿਵੇਂ ਕਿ ਪਿੰਡ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਮ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਸੋ ਨੰਬਰ ਦਾ ਸੇਮ ਹੈ ਕੈਂਡੀਡੇਟ ਐਡਰੈਸ ਸੋ 10 ਨੰਬਰ ਤੇ ਕੈਂਡੀਡੇਟ ਆਪਣੇ ਕੁਆਲੀਫਿਕੇਸ਼ਨ ਦੀ ਡਿਟੇਲ ਦੇਣਗੇ ਜਿਸ ਵਿੱਚ 10ਵੀਂ ਕਲਾਸ ਦੀ ਡਿਟੇਲ ਐਨਮ ਡਿਪਲੋਮੇ ਦੀ ਡਿਟੇਲ ਜਿਸ ਵਿੱਚ ਕੈਂਡੀਡੇਟ ਪਾਸਿੰਗ ਈਅਰ ਯੂਨੀਵਰਸਿਟੀ ਬੋਰਡ ਭਾਗ ਕੇ ਕਿਸ ਯੂਨੀਵਰਸਿਟੀ ਜਾਂ ਬੋਰਡ ਤੋਂ 10ਵੀਂ ਜਾਂ ਡਿਪਲੋਮਾ ਕੀਤਾ ਹੈ ਉਸ ਤੋਂ ਬਾਅਦ ਟੋਟਲ ਮਾਰਕਸ प्राप्त किए अंक और परसेंटेज लिखनी होवेगी सो इन पोस्टਾਂ ਦੇ ਜੇਕਰ ਕਿਸੇ ਵੀ ਕੈਂਡੀਡੇਟ ਨੂੰ ਏ ਨਾਮ ਦੀ ਪੋਸਟ ਦੇ ਸਬੰਧ ਵਿੱਚ ਕੋਈ ਵੀ ਤਜਰਬਾ ਹੈ ਤਾਂ ਉਹ ਕੈਂਡੀਡੇਟ ਇੱਥੇ ਲਿਖ ਸਕਣਗੇ ਸੋ ਡਿਕਲੇਰੇਸ਼ਨ ਵਿੱਚ ਕੈਂਡੀਡੇਟ ਅੱਜ ਤੋਂ ਬਾਅਦ ਆਪਣਾ ਨਾਮ ਲਿਖਣਗੇ ਅਤੇ ਸਿਗਨੇਚਰ ਆਫ ਦਾ ਐਪਲੀਕੇਟ ਵਾਲੀ ਜਗ੍ਹਾ ਤੇ ਆਪਣੇ ਫੁੱਲ ਸਿਗਨੇਚਰ ਕਰ ਦੇਣਗੇ ਸੋ ਦੋਸਤੋ ਐਸਾ ਫਾਰਮ ਨੂੰ ਕੰਪਲੀਟ ਭਰ ਕੇ ਉਸ ਤੇ ਰੀਸੈਂਟਲੀ ਲੇਟੈਸਟ ਪਾਸਪੋਰਟ ਸਾਈਜ਼ ਫੋਟੋ ਪੇਸਟ ਕਰਨੀ ਹੋਵੇਗੀ ਸੋ ਫੋਟੋ ਪੇਸਟ ਕਰਨ ਤੋਂ ਬਾਅਦ ਕੈਂਡੀਡੇਟ ਨੂੰ ਗੈਸਟਟਡ ਅਫੀਸਰ ਤੋਂ ਇਹ ਫੋਟੋ ਟੈਸਟਡ ਕਰਵਾਉਣੀ ਹੋਵੇਗੀ ਜੋ ਕਿ ਪਰਫਾਰਮੇ ਤੇ ਕਲੀਅਰ ਕਟ ਮੈਂਸ਼ਨ ਕੀਤਾ ਹੋਇਆ ਹੈ ਸੋ ਦੋਸਤੋ ਐਸਾ ਫਾਰਮ ਨੂੰ ਕੰਪਲੀਟ ਭਰ ਕੇ ਅਤੇ ਫੋਟੋ ਅਟੈਚ ਕਰਨ ਤੋਂ ਬਾਅਦ ਐਸ ਨਾਲ ਲੋੜੀ ਦੇ ਡਾਕੂਮੈਂਟ ਲਾ ਕੇ ਜਿਵੇਂ ਕਿ ਸਪਰੂਫ ਬਰਥ ਪ੍ਰੂਫ ਕੁਆਲਿਫਿਕੇਸ਼ਨ ਸਰਟੀਫਿਕੇਟ ਰਜਿਸਟ੍ਰੇਸ਼ਨ ਸਰਟੀਫਿਕੇਟ ਆਦਿ ਸਰਟੀਫਿਕੇਟ ਦੀ ਫੋਟੋਕਾਪੀ ਨਾਲ ਅਟੈਚ ਕਰਕੇ ਆਫਿਸ ਆਫ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ 4th ਫਲੋਰ ਐਡਮਿਨਿਸਟਰ ਬਲਾਕ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪੀਟਲ ਸੈਕਟਰ 16 ਚੰਡੀਗੜ੍ਹ ਵਿਖੇ ਆਪਣੀਆਂ ਐਪਲੀਕੇਸ਼ਨਾਂ ਸਬਮਿਟ ਕਰਵਾਉਣੀਆਂ ਹੋਣਗੀਆਂ ਸੋ ਜਿਹੜੇ ਵੀ ਕੈਂਡੀਡੇਟ ਇਹਨਾਂ ਪੋਸਟਾਂ ਲਈ ਅਪਲਾਈ ਕਰਨਗੇ ਉਹਨਾਂ ਕੈਂਡੀਡੇਟ ਦੀ ਸ਼ਾਰਟ ਲਿਸਟ ਜਾਰੀ ਕੀਤੀ ਜਾਵੇਗੀ ਜਿਹੜੇ ਵੀ ਕੈਂਡੀਡੇਟ ਸ਼ਾਰਟ ਲਿਸਟ ਵਿੱਚ ਆਉਣਗੇ ਉਹਨਾਂ ਕੈਂਡੀਡੇਟ ਦਾ 15 ਮਾਰਚ 2023 ਨੂੰ ਲੈਕਤੀ ਪੇਪਰ ਹੋਵੇਗਾ ਸੋ ਇਹਨਾਂ ਪੋਸਟਾਂ ਲਈ 14 ਫਰਵਰੀ 2024 ਦੁਪਹਿਰ 1 ਵਜੇ ਤੋਂ ਪਹਿਲਾਂ ਪਹਿਲਾ ਯੂ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਸੋ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ 01722702924 ਤੇ ਕਾਲ ਕਰਕੇ ਵੀ ਇਹਨਾਂ ਪੋਸਟਾਂ ਦੀਨ ਜਾਣਕਾਰੀ ਲੈ ਸਕਦੇ ਹੋ ਸੋ ਇਹਨਾਂ ਪੋਸਟਾਂ ਸੰਬੰਧੀ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਲਈ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨਾਲ ਜੁੜੇ ਰਹੋ ਅਗਲੀ ਵੀਡੀਓ ਵਿੱਚ ਇੱਕ ਨਵੇਂ ਜੋਬ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਦ ਤੱਕ ਵੇਟ ਕਰੋ ਧੰਨਵਾਦ ਸਸਿਕਾ